ਹਾਂਜੀ ਅੱਜ ਤਾਂ ਟਾਪਿਕ ਸਟਾਰਟ ਕਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜੋ ਹਾਸ਼ਮ ਹੈ ਇਸ ਕਿੱਸਾ ਘਰ ਦੇ ਜਨਮ ਸਬੰਧੀ ਵੀ ਤੇ ਮੌਤ ਸਬੰਧੀ ਵੀ ਕਾਫੀ ਡਾਊਟਸ ਆ ਜਿਹੜੇ ਉਹ ਪਾਏ ਜਾਂਦੇ ਆ ਸੋ ਪਹਿਲਾਂ ਹੀ ਇਹ ਚੀਜ਼ ਦਿਮਾਗ ਦੇ ਵਿੱਚ ਰੱਖ ਲਿਓ ਕਿ ਆਪਸ਼ਨਸ ਕਿੱਥੋਂ ਲਈਆਂ ਗਈਆਂ ਨੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਪੇਪਰ ਦੇ ਵਿੱਚ ਕਿਸ ਤਰ੍ਹਾਂ ਪੁੱਛੀਆਂ ਜਾਣਗੀਆਂ ਉਸ ਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਠੀਕ ਹੈ ਤਾਂ ਸ਼ੁਰੂ ਕਰਦੇ ਆਂ ਜਨਮ ਤੋਂ ਜੀ ਜ਼ਰਾਤਰ ਬੁਖਸ ਦੇ ਵਿੱਚ ਇਹਨਾਂ ਦਾ ਜਨਮ ਮਿਲਦਾ ਹੈ 1735 ਈ ਤੇ ਮੌਤ 1852 ਤੇ 53 ਦੋਨੋਂ ਸਾਲ ਹੀ ਮੰਨੇ ਜਾਂਦੇ ਨੇ ਠੀਕ ਹੈ ਤੇ ਇਹਨਾਂ ਦਾ ਜਿਹੜਾ ਪਿੰਡ ਸੀਗਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਜਗਦੇਵ ਕਲਾਂ ਇਹ ਤੇ ਜਗਦੇਵ ਕਲਾਂ ਵੀ ਲਿਖਿਆ ਹੋ ਸਕਦਾ ਤੇ ਜਗਦੇਉ ਦੋਨੋਂ ਤੇ ਅਪ੍ਰੋਕਸ ਇਹਨਾਂ ਦੀ ਜਿਹੜੀ ਉਮਰ ਲਗਭਗ ਇਹਨਾਂ ਨੇ ਭੋਗੀ ਉਹ 64 ਸਾਲ ਦੀ ਉਮਰ ਹੈ ਉਹ ਮੰਨੀ ਜਾਂਦੀ ਹੈ ਕਲਗਰੀਏ ਇਹਨਾਂ ਦੀ ਮਜ਼ਾਰ ਦੀ ਤਾਂ ਮਜ਼ਾਰ ਬਣੀ ਹੋਈ ਹੈ ਜੀ ਸਿਆਲਕੋਟ ਦੇ ਪਿੰਡ ਥਰਪਾਲ ਦੇ ਵਿੱਚ ਇਹਦੇ ਸਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹਨਾਂ ਦੀ ਜਿਹੜੀ ਵਸੀਅਤ ਸੀ ਉਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਇਹਨਾਂ ਦੀ ਇਹ ਇੱਛਾ ਸੀਗੀ ਤਾਂ ਕਰਕੇ ਇਹਨਾਂ ਦੀ ਇੱਛਾ ਨੂੰ ਫੁੱਲ ਪਾਉਂਦੇ ਹੋਏ ਇਹਨਾਂ ਦੀ ਮਜ਼ਾਰ ਇਸ ਪਿੰਡ ਦੇ ਵਿੱਚ ਬਣਾਈ ਗਈ ਠੀਕ ਹੈ ਤਾਂ ਅਗਲੀ ਚੀਜ਼ ਜਿਹੜੀ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚ ਤਿੰਨੋਂ ਡੇਟਸ ਚੱਲ ਰਹੀਆਂ ਨੇ 1735 ਵਾਲੀ ਵੀ 1752 53 ਵਾਲੀ ਵੀ ਠੀਕ ਹੈ ਤਾਂ ਉਹ ਤੁਸੀਂ ਕਿਸ ਤਰ੍ਹਾਂ ਯਾਦ ਰੱਖਣੀ ਆ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖੋਗੇ 1735 1735 ਜਿਹੜਾ ਆਪਾਂ ਇੱਥੇ ਕਰਿਆ ਇੱਥੋਂ ਲੈ ਕੇ 1843 ਠੀਕ ਹੈ ਇਹਦਾ ਵੇਰਵਾ ਸਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚੋਂ ਮਿਲਦਾ ਹੈ ਠੀਕ ਹੈ ਜੀ ਤਾਂ ਇਹ ਚੀਜ਼ ਤੁਸੀਂ ਯਾਦ ਰੱਖ ਲੈਣੀ ਆ ਦੂਸਰਾ ਜੋ ਡਾਕਟਰ دیਵਾਨਾ ਮੋਹਨ ਸਿੰਘ دیਵਾਨਾ ਤੇ ਮੌਲਾ ਬਖਸ਼ ਕੁਸ਼ਤਾ ਇਹ ਦੋਨੇ ਇਹਨਾਂ ਦੇ ਜਨਮ ਤੇ ਮੌਤ ਸੰਬੰਧੀ ਜੋ ਮੰਨਦੇ ਨੇ ਉਹ ਹੈ ਜੀ 1752-53 ਤੋਂ ਲੈ ਕੇ 1821 ਠੀਕ ਹੈ ਇਹ ਦੋਨੇ ਡੇਟ ਜਿਹੜੀਆਂ ਡੇਟਸ ਨੇ ਉਹ ਮੈਂਸ਼ਨ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚ ਠੀਕ ਹੈ ਤਾਂ ਦੋਨੋਂ ਤੁਸੀਂ ਯਾਦ ਰੱਖ ਲੈਣੀ ਆ ਓਕੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਹਨਾਂ ਦੇ ਪਿਤਾ ਦੇ ਨਾਮ ਵੱਲ ਪਿਤਾ ਦਾ ਨਾਮ ਸੀਗਾ ਜੀ ਹਾਜੀ ਮੁਹੰਮਦ ਸ਼ਰੀਫ ਠੀਕ ਹੈ ਹਾਜੀ ਦੇ ਨਾਮ ਨਾਲ ਜਾਣਦੇ ਸੀ ਉਹਨਾਂ ਨੂੰ ਹਾਜੀ ਮੁਹੰਮਦ ਸ਼ਰੀਫ ਦੇ ਘਰ ਇਹਨਾਂ ਦਾ ਜਨਮ ਹੋਇਆ ਸੀ ਤੇ ਉਹਨਾਂ ਦੇ ਨਾਮ ਦੇ ਨਾਲ ਕਰੈਸ਼ੀ ਸ਼ਬਦ ਵੀ ਜੁੜਦਾ ਕਿਉਂਕਿ ਇਹਨਾਂ ਦੀ ਜਾਤ ਸੀ ਤੇ ਕਿਧਰੇ ਕਿਤਾਬਾਂ ਦੇ ਵਿੱਚ ਇਸ ਦਾ ਨਾਮ ਕਾਸਮ ਸ਼ਾਹ ਵੀ ਮਿਲਦਾ ਸਾਨੂੰ ਹਾਸ਼ਮ ਸ਼ਾਦੇ ਪਿਤਾ ਦਾ ਨਾਮ ਠੀਕ ਹੈ ਇਹ ਤਾਂ इजीली ਯਾਦ ਰਹੇਗਾ ਹਾਸ਼ਮ ਕਾਸਮ ਠੀਕ ਹੈ ਤੇ ਦੂਸਰਾ ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਾਜੀ ਮੁਹੰਮਦ ਸ਼ਰੀਫ ਕਿਤੇ ਵਜੋਂ ਇਹ ਤਰਖਾਨ ਸੀਗੇ ਇਹਨਾਂ ਦੇ ਪਿਤਾ ਤਰਖਾਨੀ ਦਾ ਕੰਮ ਕਰਦੇ ਸੀ ਤਬਾਦ ਚ ਇਹਨਾਂ ਨੇ ਵੀ ਇਹ ਕੰਮ ਅਪਣਾ ਲਿਆ ਸੀ ਅਗਲਾ ਜਿਹੜਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਤੇ ਰਾਜਕਵੀ ਦੇਖੋ ਸਮਕਾਲੀ ਸੀਗਾ 100% ਸ਼ੋਰਾ ਬਟ ਰਾਜਕਵੀ ਸੀ ਜਾਂ ਨਹੀਂ ਇਸ ਸਬੰਧੀ ਨਹੀਂ ਆਪਾਂ ਕੁਝ ਕਹਿ ਸਕਦੇ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਹੋ ਸਕੀ ਬਹੁਤ ਸਾਰੇ ਵਿਦਵਾਨ ਆ ਜਿਹੜੀ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ ਤਾਂ ਕਰਕੇ ਇਹਨੂੰ ਆਪਾਂ ਅਨੁਮਾਨ ਮੰਨ ਸਕਦੇ ਹਾਂ ਠੀਕ ਹੈ ਪਰ ਜਿਹੜਾ ਸਾਡੇ ਕੋਲ ਪੋਜ਼ਿਟਿਵ ਪੁਆਇੰਟ ਹੈ ਪਲੱਸ ਪੁਆਇੰਟ ਅਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ ਉਹ ਇਹ ਹੈ ਕਿ ਫਿਰ ਵੀ ਸ਼ਬਦ ਦੇ ਨਾਲ ਪੀਐਸਸੀਬੀ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਫਿਰ ਵੀ ਇਹ ਜਿਹੜਾ ਜੋਜਕਾ ਇਹ ਲਾ ਕੇ ਇਹ ਗੱਲ ਦਰਸਾਈ ਗਈ ਹੈ ਕਿ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦਾ ਕਿੱਸਾਕਾਰ ਮੰਨਿਆ ਜਾਂਦਾ ਠੀਕ ਹੈ ਆਪਾਂ ਉਹ ਚੀਜ਼ ਯਾਦ ਰੱਖਣੀ ਹੈ ਦਰਬਾਰੀ ਕਵੀ ਚਲੋ ਇਹ ਇਨਾ ਇੰਪੋਰਟੈਂਟ ਨਹੀਂ ਆ ਅੱਗੇ ਜੀ ਫਕੀਰੀ ਦਾ ਜੀਵਨ ਬਤਿੱਤ ਕਰਦੇ ਹਕੀਮ ਦਾ ਕੰਮ ਵੀ ਕਰਦੇ ਸਨ ਠੀਕ ਹੈ ਲੋਕਾਂ ਦੀ ਹੈਲਪ ਵੀ ਕਰਦੇ ਸੀ ਇਹਨਾਂ ਦਾ ਜੀਵਨ ਸੀਗਾ ਜਿਹੜਾ ਬਿਲਕੁਲ ਫਕੀਰਾਂ ਵਰਗਾ ਸੀਗਾ ਬਟ ਫਿਰ ਵੀ ਨਾਲ ਦੀ ਨਾਲ ਇਹਨਾਂ ਨੂੰ ਕਾਫੀ ਨੌਲੇਜ ਸੀਗੀ ਦਵਾਈਆਂ ਬਾਰੇ ਜੜੀ ਬੂਟੀਆਂ ਬਾਰੇ ਤਾਂ ਕਰਕੇ ਹਕੀਮ ਦਾ ਕੰਮ ਵੀ ਕਰਿਆ ਕਰਦੇ ਸਨ ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਹਾਸ਼ਮ ਦੇ ਦੋੜੇ ਦੇਖੋ ਇਸ ਨੇ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਉਹ ਵੀ ਲਿਖਿਆ ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਇਸ ਤੋਂ ਬਿਨਾਂ ਸਾਨੂੰ ਉਨ੍ਹਾਂ ਦੇ 도ੜੇ ਤੇ ਡਿਓਡਾਂ ਵੀ ਲਿਖੀਆਂ ਮਿਲਦੀਆਂ ਹਾਸ਼ਮ ਦੇ 도ੜਿਆਂ ਨੂੰ ਦਰਿਆਏ ਹਕੀਕਤ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਬਿਜਲੀ ਜਿਹੜੀ ਸਚਾਈ ਆ ਉਸ ਸਚਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਆਦਰਵਜੋਂ ਇਹਨਾਂ ਨੂੰ ਦਰਿਆਏ ਹਕੀਕਤ ਕਹਿ ਕੇ ਜਾਣਿਆ ਜਾਂਦਾ ਠੀਕ ਹੈ ਜੀ ਤੇ ਇੱਕ ਚੀਜ਼ ਇੱਥੇ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੀ ਕਿ ਜੋ ਇਹਨਾਂ ਦੇ 도ੜੇ ਸਾਨੂੰ ਮਿਲਦੇ ਆ ਨਾ ਉਹ ਪਲੀਜ਼ ਸਾਰਿਆਂ ਨੇ ਪੜ ਲੈਣੇ ਆ ਕਿਉਂਕਿ ਉਹਨਾਂ ਵਿੱਚ ਕਾਫੀ ਤੁਕਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਐਗਜ਼ਾਮ ਦੇ ਪੱਖ ਤੋਂ ਪੁੱਛੀਆਂ ਜਾ ਸਕਦੀਆਂ ਨੇ ਇੱਕ ਵਾਰ ਮੈਂ ਉਹ ਪੜ੍ਹ ਦਿੰਨੀ ਆ ਜਸਤ ਤੁਹਾਡੀ ਨੌਲੇਜ ਦੇ ਲਈ ਜਿਵੇਂ ਜੇ ਤਾਂ ਨਾਮ ਵਾਲੀ ਤੁਕਾ ਆ ਗਈ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਸ ਤਰ੍ਹਾਂ ਇਹ ਹੈ ਹਾਸ਼ਮ ਬੈਠ ਗਈਆਂ ਲਖ 11 ਇਹ ਜਗਤ ਮੁਸਾਫਰ ਖਾਨਾ ਠੀਕ ਹੈ ਇਸ ਤਰ੍ਹਾਂ ਦੇ ਆਗੇ ਤਾਂ ਕੋਈ ਗੱਲ ਨਹੀਂ ਬਟ ਕਈ ਵਾਰੀ ਉੱਪਰ ਲੀਆਂ ਦੋ ਤੁਕਾਂ ਹੀ ਪੁੱਛ ਲਈਆਂ ਜਾਂਦੀਆਂ ਤਾਂ ਕਰਕੇ ਸਾਨੂੰ ਥੋੜੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਨਹੀਂ ਜੀ ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਰੋਜ਼ ਕਮਾਵਣ ਪੈਸਾ ਨਾ ਕੁਝ ਊਚ ਨਾ ਨੀਚ ਪਛਾਨਣ ਅਤੇ ਪ੍ਰੇਮ ਨਾ ਜਾਣਨ ਕੈਸਾ ਠੀਕ ਹੈ ਤੇ ਜੋ 100% ਜਿਹਦੀ ਆਪਾਂ ਨੂੰ ਐ ਹੁੰਦੀ ਹੈ ਵੀ ਹਾਂ ਇਹ ਪੁੱਛੀ ਜਾ ਸਕਦੀ ਹੈ ਸਭ ਤੋਂ ਇੰਪੋਰਟੈਂਟ ਜਿਹੜੀਆਂ ਤੁਕਾਂ ਨੇ ਇਹਨਾਂ ਦੀ ਰਚਨਾ ਦੇ ਵਿੱਚੋਂ 도ੜਿਆਂ ਦੇ ਵਿੱਚੋਂ ਉਹ ਨੇ ਨਦੀਆਂ ਨੀਰ ਬਹਿਣ ਨਿਤ ਤਾਰੂ ਇਹ ਕਦੀ ਨਾ ਹੋਵਣ ਹਲਕੇ ਜੋ ਜਲ ਅੱਜ ਗਿਆ ਇਸ ਰਾਹੀ ਸੋ ਫੇਰ ਨਾ ਆਵੇ ਪਲਕੇ ਹਰਪਜਨ ਮਾਨ ਦੇ ਗੀਤ ਨਾਲ ਸਬੰਧਿਤ ਹੈ ਠੀਕ ਹੈ ਜਮ ਬਿਲਕੁਲ ਉਸੇ ਤਰ੍ਹਾਂ ਦੀ ਹੀ ਵਰਡਿੰਗ ਹੈ ਤਾਂ ਇਹ ਤੁਹਾਡੇ इजीली ਯਾਦ ਰਹੂਗੀ ਠੀਕ ਹੈ ਜੀ ਤੇ ਇੱਕ ਹੋਰ ਹੈ ਗੁਲਤੇ ਖਾਰ ਵਾਲਾ ਉਹ ਵੀ ਇੰਪੋਰਟੈਂਟ ਹੈ ਗੁਲਤੇ ਖਾਰ ਪਦਾਇਸ਼ ਇਕ ਸੇ ਇਸ ਬਾਗ ਚਮਨ ਦੇ ਦੋਵੇਂ ਇੱਕ ਸ਼ਬ ਉਮਰ ਗੁਲਾਾਂ ਦੀ ਓੜਕ ਅਤੇ ਖਾਰ ਰਹੇ ਨਿਤ ਓਵੇਂ ਠੀਕ ਹੈ ਜੀ ਚਲੋ ਇੱਕ ਵਾਰ ਜਰੂਰ ਸਾਰੇ ਵਾਲੀਆਂ ਤੁਕਾਂ ਜਿਹੜੀਆਂ ਉਹ ਮਾਈਂਡ ਦੇ ਵਿੱਚ ਰੱਖ ਲਿਓ ਹਾਂਜੀ ਅਗਲਾ ਸਾਡਾ ਕੁਐਸਚਨ ਹੈ ਇਹ ਬਹੁਤ ਛੋਟੀ ਉਮਰ ਦੇ ਵਿੱਚ ਸੀ ਸਿਰਫ 14 ਸਾਲ ਦੇ ਸੀ ਜਦੋਂ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀਗੀ ਤਾਂ ਕਰਕੇ ਸਾਰੀ ਜ਼ਿੰਮੇਵਾਰੀ ਜਿਹੜੀ ਇਹਨਾਂ ਦੇ ਸਿਰ ਆ ਪਈ ਸੀ ਇਸੇ ਕਰਕੇ ਹੀ ਇਹਨਾਂ ਨੇ ਜਿਹੜਾ ਕੀਤਾ ਸੀ ਆਪਣੇ ਪਿਤਾ ਦਾ ਉਹ ਅਪਣਾ ਲਿਆ ਸੀ ਅਗਲਾ ਜੀ ਇੰਪੋਰਟੈਂਟ ਜਿਹੜੀ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਉਹ ਹੈ ਕਿ ਇਹਨਾਂ ਨੇ ਇੱਕ ਮਰਸੀਆ ਵੀ ਲਿਖਿਆ ਦੇਖੋ ਰਚਨਾਵਾਂ ਕਈ ਹੋਗੀਆਂ ਹੋਣ ਮਰਸੀਆ ਕਿਦੇ ਬਾਰੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਦੇ ਜੋ ਪਿਤਾ ਸੀ ਮਹਾ ਸਿੰਘ ਉਹਨਾਂ ਦੀ ਮੌਤ ਤੇ ਮਰਸੀਆ ਲਿਖਿਆ ਤੇ ਇਹ ਵਾਲੀ ਜਿਹੜੀ ਚੀਜ਼ ਹੈ ਨਾ ਇਹ ਸਾਨੂੰ ਬਹੁਤ ਘੱਟ ਬੁੱਕਸ ਦੇ ਵਿੱਚੋਂ ਮਿਲਦੀ ਹੈ ਇਸ ਕਰਕੇ ਇਸ ਨੂੰ ਤੁਸੀਂ ਨੋਟ ਕਰ ਲੈਣਾ ਠੀਕ ਹੈ ਤੇ ਇੱਕ ਇਹ ਹੋਰ ਕੁਐਸਚਨ ਹੈ ਇਹ ਇੱਥੇ ਸ਼ਾਮਿਲ ਕਰਨਾ ਰਹਿ ਗਿਆ ਸੀਗਾ ਅੱਗੇ ਇਹਨਾਂ ਦੀ ਪਤਨੀ ਦਾ ਨਾਮ ਸੀਗਾ ਸਾਹਿਬਾ ਠੀਕ ਹੈ ਜੀ ਸਾਹਿਬਾ ਸੀ ਇਹਨਾਂ ਦੀ ਪਤਨੀ ਦਾ ਨਾਮ ਅਗੇ ਉੱਲਾ ਸਾਹਿਬ ਬਟਾਲਵੀ ਦੇ ਚੇਲੇ ਸੀ ਤੇ ਜੋਤਿਸ਼ ਵਿਦਿਆ ਦੇ ਸ਼ੌਕੀਨ ਸੀ ਦੇਖੋ ਕਿੰਨੇ ਮਤਲਬ ਮਹਾਨ ਸ਼ਖਸੀਅਤ ਸੀਗੀ ਇਹ ਆਪਣੇ ਘਰ ਦਾ ਕੀਤਾ ਵੀ ਸੰਭਾਲਦੇ ਸੀ ਤਰਖਾਣਾ ਕੰਮ ਵੀ ਇਹਨਾਂ ਨੂੰ ਆਉਂਦਾ ਸੀ ਨਾਲ ਦੀ ਨਾਲ ਹਕੀਮੀ ਵੀ ਕਰਦੇ ਸੀ ਉਸ ਤੋਂ ਬਿਨਾ ਜੋਤਿਸ਼ ਵਿਦਿਆ ਦੇ ਵਿੱਚ ਵੀ ਇਹਨਾਂ ਦਾ ਇੰਟਰਸਟ ਸੀਗਾ ਤੇ ਇਹ ਜੋਤਿਸ਼ ਵਿਦਿਆ ਇਹਨਾਂ ਨੇ ਸਿੱਖੀ ਸੀ ਉੱਲਾ ਸਾਹਿਬ ਬਟਾਲਵੀ ਜੀ ਤੋਂ ਠੀਕ ਹੈ ਜੀ ਅੱਗੇ ਚੱਲਦੇ ਆਪਾਂ ਹਾਸ਼ਮ ਦਾ ਸਭ ਤੋਂ ਵੱਡਾ ਜਿਹੜਾ ਗੁਣ ਮੰਨਿਆ ਜਾਂਦਾ ਹੈ ਉਹ ਕਿਹੜਾ ਹੈ ਉਹ ਹੈ ਜੀ ਸੰਜਮ ਤੇ ਸੰਖੇਪਤਾ ਇਸ ਦੀ ਰਚਨਾ ਦੇ ਵਿੱਚ ਬਹੁਤ ਜ਼ਿਆਦਾ ਸੰਜਮ ਤੇ ਸੰਖੇਪਤਾ ਦਾ ਕੰਮ ਲਿਆ ਗਿਆ ਵਾਰਿਸ ਵਾਂਗੂ ਬਾਦੂ ਦੇ ਜਿਹੜੇ ਵਿਸਥਾਰ ਨੇ ਉਹ ਨਹੀਂ ਦਿੱਤੇ ਗਏ ਤੇ ਜਿਹੜੇ ਵਿਸਥਾਰ ਦਿੱਤੇ ਵੀ ਗਏ ਆ ਤਾਂ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤੇ ਗਏ ਆ ਹਾਸ਼ਮ ਦੁਆਰਾ ਵਰਤੀਆਂ ਭਾਸ਼ਾਵਾਂ ਅਰਬੀ ਫਾਰਸੀ ਜ਼ਿਆਦਾਤਰ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹ ਵਰਤੇ ਨੇ ਹਾਸ਼ਮ ਦੀ ਸੰਪਰਦਾ ਤਾਂ ਸੰਪਰਦਾ ਸੀ ਇਹਨਾਂ ਦੀ ਕਾਦਰੀ ਅੱਗੇ 18ਵੀਂ ਸਦੀ ਦਾ ਪ੍ਰਸਿੱਧ ਕਵੀ ਮੰਨਿਆ ਜਾਂਦਾ ਇਸ ਨੂੰ ਕਵੀ ਕਹਿ ਲਓ ਕਿੱਸਾਕਾਰ ਕਹਿ ਲਓ ਤੁਜਾ ਇਹਨਾਂ ਦੇ ਅਕੋਰਡਿੰਗ ਇਹਨਾਂ ਦੀ ਰਚਨਾ ਨੂੰ ਜੇ ਆਪਾਂ ਪੜ੍ਹਦੇ ਆ ਹਾਸ਼ਮ ਦੀ ਸਮੁੱਚੀ ਰਚਨਾ ਨੂੰ ਜੇ ਆਪਾਂ ਪੜ੍ਹਦੇ ਆ ਤਾਂ ਉਤੋਂ ਇੱਕ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਦੇ ਅਨੁਸਾਰ ਇਹਨਾਂ ਦੇ ਜਿਹੜੇ ਕਿੱਸਿਆਂ ਦਾ ਮੁੱਖ ਧੁਰਾ ਹੈ ਉਹ ਹੈ ਆਦਰਸ਼ਿਕ ਪ੍ਰੇਮ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਨੀਚਤਾ ਵਾਲੀ ਗੱਲ ਨਹੀਂ ਕੀਤੀ ਗਈ ਆਦਰਸ਼ ਰੂਪ ਪੇਸ਼ ਕੀਤਾ ਗਿਆ ਪ੍ਰੇਮ ਦਾ ਠੀਕ ਹੈ ਅਗਲਾ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਸੋਚ ਦਾ ਸ਼ਾਇਰ ਆਖਿਆ ਜਾਂਦਾ ਹੈ ਹਾਸ਼ਮ ਸ਼ਾ ਨੂੰ ਤੇ ਕਿਹੜੇ ਕਿਸੇ ਨਾਲ ਪ੍ਰਸਿੱਧੀ ਮਿਲੀ ਹੈ ਤੁਹਾਨੂੰ ਪਤਾ ਹੀ ਹੈ ਸਸੀ ਪੁੰਨੂ ਦੇ ਨਾਲ ਅੱਗੇ ਚੱਲਦੇ ਹਾਂ ਜੀ ਹਾਸ਼ਮ ਦੇ ਕਿਸੇ ਸਸੀ ਪੁੰਨੂ ਦੇ ਕਿੰਨੇ ਬੰਦ ਨੇ ਠੀਕ ਆ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਆ ਜਿਹੜੀ ਉਹਨੂੰ ਨੋਟ ਕਰ ਲਓ ਇਹ ਬਹੁਤ ਇੰਪੋਰਟੈਂਟ ਆ ਬੰਦ ਨੇ ਜੀ 126 ਸਸੀ ਦੇ ਬੰਦ ਨੇ 126 ਤੁਕਾਂ ਨੇ 496 ਠੀਕ ਹੈ ਆਈ ਰਿਪੀਟ 496 ਤੁਕਾਂ ਤੇ 126 ਬੰਦ ਛੰਦ ਕਿਹੜਾ ਜੀ ਜਿਹੜਾ ਕਿ ਆਮੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਚੌਤਕੀਆ ਦਵਾਈਆ ਠੀਕ ਹੈ ਅੱਗੇ ਜਿਹੜੇ ਕੁਐਸਚਨ ਆਗੇ ਉਹ ਹੈ ਜੀ ਕਿਸੇ ਦੇ ਅਕੋਰਡਿੰਗ ਸਸੀ ਪੁੰਨੂ ਕਿਸੇ ਦਾ ਧਰਾਤਲ ਕਿਹੜਾ ਤਾਂ ਧਰਾਤਲ ਹੈ ਜੀ ਸਿੰਧ بلوچستان ਦਾ ਸਸੀ ਦਾ ਸ਼ਹਿਰ ਕਿਹੜਾ ਪੰਬੋਰ ਪੰਬੋਰ ਸ਼ਹਿਰ ਨਾਲ ਸੰਬੰਧ ਹੈ ਇਸ਼ਕ ਹਕੀਕੀ ਬਾਰੇ ਦੱਸਣ ਲਈ ਜਿਹੜਾ ਸਸੀ ਦਾ ਕਿੱਸਾ ਉਹ ਹਾਸ਼ਮ ਨੇ ਲਿਖਿਆ ਠੀਕ ਹੈ ਜੀ ਇਹ ਉਦੇਸ਼ ਪੁੱਛੀਏ ਆਪਾਂ ਕਿ ਸਸੀ ਪੁੰਨੂ ਨੂੰ ਲਿਖਣ ਪਿੱਛੇ ਕੀ ਉਦੇਸ਼ ਸੀਗਾ ਹਾਸ਼ਮ ਸ਼ਾਹ ਦਾ ਤਾਂ ਇਹਨਾਂ ਦਾ ਸੀ ਜੀ ਇਸ਼ਕ ਹਕੀਕੀ ਦੀ ਮਹੱਤਤਾ ਨੂੰ ਦਰਸਾਉਣਾ ਚਾਹੁੰਦੀ ਸੀ ਤੇ ਕਿਸੇ ਦੀ ਜੀ ਕਿਸੇ ਦੀ ਜੋ ਨਾਇਕਾ ਹੈ ਉਹ ਹੈ ਸਸੀ ਸਸੀ ਦਾ ਵਰਣਨ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਮਿਲਦਾ ਹੈ ਅਗਲਾ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਡਿਸਕਸ ਕੀਤਾ ਕਿ ਸਭ ਨੇ ਹੀ ਬਹੁਤ ਪ੍ਰੇਸ ਕੀਤੀ ਹੈ ਸਸੀ ਪੁੰਨੂ ਦੇ ਕਿਸੇ ਦੀ ਹਾਸ਼ਮ ਨੂੰ ਇਸ ਤੋਂ ਹੀ ਪ੍ਰਸਿੱਧਤਾ ਮਿਲੀ ਸੀ ਠੀਕ ਹੈ ਪਰ ਉੱਥੇ ਹੀ ਇੱਕ ਵਿਦਵਾਨ ਇਹੋ ਜਿਹੇ ਨੇ ਜਿਹੜੇ ਕਿ ਸੱਸੀ ਪੁੰਨੂ ਦੇ ਕਿਸੇ ਦੇ ਨਾਲੋਂ ਤਵੱਜੋ ਦਿੰਦੇ ਨੇ ਇਸ ਤੇ ਸ਼ਰੀਫ ਰਹਾਦ ਦੇ ਕਿਸੇ ਨੂੰ ਉਹਨੇ ਜੀ ਸੰਤ ਸਿੰਘ ਸੇਖੋਂ ਉਹਨਾਂ ਦੇ ਅਕੋਰਡਿੰਗ ਸੋ ਜੋ ਸ਼ਰੀਫ ਰਹਾਦ ਦਾ ਕਿੱਸਾ ਹੈ ਉਹ ਸੱਸੀ ਪੁੰਨੂ ਦੇ ਕਿਸੇ ਨਾਲੋਂ ਬੈਟਰ ਹੈ ਅਗਲਾ ਹੈ ਜੀ ਬਿਆਨ ਹੈ ਸੂਤਰਿਕ ਤੇ ਸੰਖੇਪਤਾ ਰਹਾਸ ਦੋਨਾਂ ਦਾ ਸੁਮੇਲ ਸਾਨੂੰ ਮਿਲਦਾ ਹੈ ਹਾਸ਼ਮ ਦੀ ਸੱਸੀ ਦੇ ਵਿੱਚ ਬੋਲੀ ਠੇਠ ਮੁਹਾਵਰੇਦਾਰ ਤੇ ਪ੍ਰਭਾਵ ਹੈ ਜੀ ਫਾਰਸੀ ਹਿੰਦੀ ਲੈਂਦੀ ਤੇ ਉਰਦੂ ਦਾ ਅਗਲਾ ਜਿਹੜਾ ਕੁਐਸਚਨ ਹੈ ਉਹ ਵੀ ਇੰਪੋਰਟੈਂਟ ਹੈ ਸਾਡੇ ਲਈ ਦੇਖੋ ਅਸੀਂ ਪੜਿਆ ਜਗਦੇਵ ਕਲਾ ਇਹਨਾਂ ਦਾ ਜਨਮ ਸਥਾਨ ਬਟ ਜਿਹੜੇ ਡਾਕਟਰ ਹਰਨਾਮ ਸਿੰਘ ਸ਼ਾਨ ਨੇ ਉਹ ਇਸ ਚੀਜ਼ ਨੂੰ ਝਟਲਾਉਂਦੇ ਨੇ ਉਹਨਾਂ ਦੇ ਅਕੋਰਡਿੰਗ ਇਹਨਾਂ ਦਾ ਜਨਮ ਹੋਇਆ ਸੀ ਮਦੀਨਾ ਵਿਖੇ ਤੇ ਬਾਅਦ ਦੇ ਵਿੱਚ ਇਹ ਜਗਦੀਪ ਕਲਾ ਆਈ ਸੀ ਠੀਕ ਹੈ ਜੇ ਪਾਰਟਿਕੂਲਰ ਕਿਸੇ ਦਾ ਨਾਮ ਦੇ ਕੇ ਸਾਨੂੰ ਪੁੱਛਿਆ ਜਾਂਦਾ ਹੈ ਨਾਮ ਸ਼ਾਨ ਦਾ ਤਾਂ ਸਾਨੂੰ ਉੱਥੇ ਫਿਰ ਮਦੀਨਾ ਟਿਕ ਕਰਨਾ ਪਏਗਾ ਓਕੇ ਜੀ ਅੱਗੇ ਚੱਲਦੇ ਆਂ ਆਪਾਂ ਹੀਰ ਦਾ ਕਿੱਸਾ ਹੁਣ ਸਸੀ ਪੁੰਨੂ ਦੇ ਨਾਲ ਨਾਲ ਇਸ ਨੇ ਹੀਰ ਦਾ ਕਿੱਸਾ ਵੀ ਲਿਖਿਆ ਹੀਰ ਦੇ ਕਿੱਸੇ ਸੰਬੰਧੀ ਕਿਹੜੀਆਂ-ਕਿਹੜੀਆਂ ਗੱਲਾਂ ਇੰਪੋਰਟੈਂਟ ਹੈ ਉਹ ਦੇਖ ਲੈਣੇ ਆਂ ਆਪਾਂ ਸਭ ਤੋਂ ਪਹਿਲਾਂ ਜੀ ਹੀਰ ਦਾ ਕਿੱਸਾ ਸ਼ਿਹਰਫੀਆਂ ਦੇ ਵਿੱਚ ਕਿਸ ਨੇ ਲਿਖਿਆ ਉਹ ਹੈ ਕਿੱਸਾਕਾਰ ਹਾਸ਼ਮ ਸ਼ਾ ਦੂਸਰੇ ਨੰਬਰ ਤੇ ਹੀਰ ਦਾ ਕਿੱਸਾ ਜਿਹੜਾ ਉਹ ਕਿੰਨਾ ਕ ਮਿਲਦਾ ਸਾਨੂੰ ਉਹ ਮਿਲਦਾ ਜੀ 150 17 ਦਾ ਤੇ ਇਸ ਕਿੱਸੇ ਦਾ ਨਾਮ ਕੀ ਆ ਨਾਮ ਹੈ ਜੀ ਹੀਰ ਰਾਂਝੇ ਦੀ ਬਿਰਤੀ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਪਿਆਰ ਦਾ ਅਦਰਸ਼ ਰੂਪ ਜਿਹੜਾ ਉਹ ਪੇਸ਼ ਕਰਦਾ ਸੀ ਹਾਸ਼ਮ ਇਸੇ ਤਰ੍ਹਾਂ ਦਾ ਹੀ ਉਸਨੇ ਕਿੱਸੇ ਦਾ ਨਾਮ ਰੱਖਿਆ ਅਗਲਾ ਜਿਹੜਾ ਮੋਸਟ ਇੰਪੋਰਟੈਂਟ ਹੈ बावा बुध सिंह जी ਦਾ ਕਥਨ ਸਸੀ ਪੁੰਨੂ ਦੀ ਪ੍ਰਸ਼ੰਸਾ ਕਰਦੇ ਹੋਏ ਉਹ ਲਿਖਦੇ ਨੇ ਆਪਣੀ ਪੁਸਤਕ ਬੰਬੀਹਾ ਬੋਲ ਦੇ ਵਿੱਚ ਹਾਸ਼ਮ ਨੇ ਸਸੀ ਕਾਦੀ ਲਿਖੀ ਘਰ ਘਰ ਬਿਰਹਾ ਦਾ ਮੂਆਤਾ ਲਾ ਦਿੱਤਾ ਠੀਕ ਹੈ ਇਹ ਦੋ ਤਿੰਨ ਵਾਰ ਰਿਪੀਟ ਕਰ ਲਓ ਕਿ ਕਿਸ ਨੇ ਲਿਖੀ ਹੈ ਇਹ ਤੁਕ ਇਹ ਲਿਖੀ ਹੈ ਜੀ ਬਾਵਾ बुध ਸਿੰਘ ਨੇ ਪੁਸਤਕ ਬੰਬੀਹਾ ਬੋਲ ਵਿੱਚ ਅੱਗੇ ਸੰਤ ਸਿੰਘ ਸੇਖੋਂ ਜੋ ਕਿ ਸ਼੍ਰੀ ਫਰਹਾਦ ਨੂੰ ਵਧੀਆ ਮੰਨਦੇ ਨੇ ਉਨ੍ਹਾਂ ਦੇ ਅਨੁਸਾਰ ਉੱਚ ਕੋਟੀ ਦੀ ਰਚਨਾ ਹੈ ਸ਼ੀਰ ਫਰਹਾਦ ਤੇ ਇਸ ਦੇ ਉਹ ਕੁੱਲ ਬੰਦ ਮੰਨਦੇ ਨੇ 513 ਠੀਕ ਹੈ ਜੀ ਨੈਕਸਟ ਹੈ ਜੀ ਲਾਜਵੰਤੀ రామਕ੍ਰਿਸ਼ਨ ਲਾਜਵੰਤੀ రామਕ੍ਰਿਸ਼ਨ ਜੋ ਉਹ ਮੰਨਦੇ ਨੇ ਕਿ ਜੋ ਹਾਸ਼ਮ ਹੈ ਉਹ ਅਸਲ ਦੇ ਵਿੱਚ ਇੱਕ ਸੂਫੀ ਕਵੀ ਹੈ ਨਾਟ ਆ ਕੇਸਾਕਾਰ ਠੀਕ ਹੈ ਉਸ ਨੂੰ ਸੂਫੀ ਕਵੀ ਮੰਨਦੇ ਨੇ ਉਹਦੇ ਪਿੱਛੇ ਵੀ ਇੱਕ ਵਜ੍ਹਾ ਹੈ ਬਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗੀ ਉਹ ਵਜ਼ਾ ਐ ਐਂਜੀ ਕਿਉਂਕਿ ਇਹਨਾਂ ਨੇ 도ੜੇ ਲਿਖੇ ਨੇ ਜਿਹੜੇ ਆਪਾਂ ਡਿਸਕਸ ਕੀਤੇ ਨੇ ਨਾ ਪਹਿਲਾਂ ਉਹਨਾਂ 도ੜਿਆਂ ਨੂੰ ਲਿਖਣ ਕਰਕੇ ਡਿਓਡਾਂ ਨੂੰ ਲਿਖਣ ਕਰਕੇ ਇਹਨਾਂ ਨੂੰ ਸੂਫੀ ਰੰਗਤ ਵਾਲਾ ਜਿਹੜਾ ਕਵੀ ਐ ਉਹ ਮੰਨਿਆ ਜਾਂਦਾ ਹੈ ਠੀਕ ਹੈ ਜੀ ਇੱਕ ਵਾਰ ਰੀਕਾਲ ਕਰ ਲਈਏ ਆਪਾਂ ਜਿਹੜੀਆਂ ਚੀਜ਼ਾਂ ਪੇਪਰ ਦੇ ਵਕਤ ਤੋਂ ਇੰਪੋਰਟੈਂਟ ਨੇ ਸਾਡੇ ਲਈ ਸਭ ਤੋਂ ਪਹਿਲਾਂ ਹਾਸ਼ਮ ਦੀ ਜਿਹੜੀ ਸੱਸੀ ਐ ਉਸਦੇ ਕਿੰਨੇ ਬੰਦ ਨੇ 126 ਬੰਦ ਨੇ ਤੁਕਾ हां जी 496 तुका जस्ट क्लोज योर आइज एंड रिकॉल ਅੱਖਾਂ ਬੰਦ ਕਰਕੇ ਜਸਟ ਇਸ ਨੂੰ ਰਿਵਾਈਜ਼ ਕਰ ਲੋ तुका 496 ਨੇ ਤੇ ਬੰਦ 126 ਛਾਂਦੇ ਹੈ ਜੀ ਚੌਤਕੀਆ ਦਵਾਈਆ ਤੇ ਅੱਗੇ ਜੋ ਹੀਰਾਂਚੇ ਦੀ ਬਿਰਤੀ ਹੈ ਉਸੀਆਂ 17 ਨੇ 150 ਤੇ ਜੋ ਸ਼੍ਰੀ ਫਰਹਾਦ ਹੈ ਜਿਸ ਨੂੰ ਬੈਟਰ ਮੰਨਦਾ ਸੰਤ ਸਿੰਘ ਸੇਖੋਂ ਉਸ ਦੇ ਸਾਨੂੰ ਬੰਦ ਮਿਲਦੇ ਨੇ 513 ਤੇ ਸੂਫੀ ਕਵੀ ਕੌਣ ਮੰਨਦੇ ਹਨ हां जी, ते जी लाਛਵੰਤੀ రామਕ੍ਰਿਸ਼ਨ ਚਲੋ ਅੱਗੇ ਚੱਲਦੇ ਆਂ ਆਪਾਂ ਮੁਹੰਮਦ ਬਖਸ਼ ਅਨੁਸਾਰ ਇਹ ਵੀ ਜਿਹੜੀਆਂ ਤੁਕਾਂ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨੂੰ ਵੀ ਧਿਆਨ ਨਾਲ ਕਰ ਲੈਣਾ ਮੁਹੰਮਦ ਬਖਸ਼ ਕੀ ਕਹਿੰਦੇ ਨੇ ਆਪਣੀ ਰਚਨਾ ਸੈਫਲ ਮਲੂਕ ਦੇ ਵਿੱਚ ਹਾਸ਼ਮ ਦੀ ਹਸ਼ਮਤ ਵਰਕਤ ਗਿੰਤਰ ਵਿੱਚ ਨਾ ਆਵੇ ਦੁਰ ਯਤੀਮ جواਹਰ ਲੜੀਆਂ ਜਾਹਰ ਕੱਢ ਲੁਟਾਵੇ ओके ਇਹ ਦੋਨੇ 바ਵਾ ਬੁੱਸਿੰਘ ਦਾ ਕਥਨ ਤੇ ਮੁਹੰਮਦ ਬਖਸ਼ ਦਾ ਇਹ ਤੁਸੀਂ ਯਾਦ ਕਰਨਾ ਹੈ। ਓਕੇ ਜੀ। ਸ਼ੈਫুল ਮਲੂਕ ਦੇ ਵਿੱਚ ਲਿਖਿਆ ਇਹਨਾਂ ਨੇ। ਅੱਗੇ ਜੀ ਬਸ ਤਾਂ ਆਪਾਂ ਇਹ ਪੜ ਲੀਆਂ ਇੱਕ ਵਾਰ ਹੋਰ ਰਚਨਾਵਾਂ ਇਹਨਾਂ ਦੀਆਂ ਸਾਰੀਆਂ ਦੇਖ ਲਈਏ। ਸਭ ਤੋਂ ਪਹਿਲਾਂ ਹੈ ਜੀ ਹੀਰ ਰਾਂਝੇ ਦੀ ਬਿਰਤੀ। ਠੀਕ ਹੈ। ਤੁਕਾਇ ਦੀਆਂ ਆਪਾਂ ਪਹਿਲਾਂ ਕਰ ਲੀਆਂ ਸੀ। 150 ਤੇ 30 ਬੈਂਥ ਨੇ ਸੋਹਣੀ ਮਹੀਵਾਲ ਦਾ ਕਿੱਸਾ ਵੀ ਸਾਨੂੰ ਮਿਲਦਾ। ਵੱਡਾ ਆਕਾਰੀ ਸ਼੍ਰੀ ਫਰਹਾਦ ਦੀ ਜਿਹੜੀ ਵਾਰਤ ਹੈ ਉਹ ਵੀ ਮਿਲਦੀ ਹੈ ਬੈਂਤ ਛੰਦ ਦੇ ਵਿੱਚ 513 ਦੋ ਤੁਕੇ ਛੰਦ ਨੇ ਕਿੱਸਾ ਮਹਿਮੂਦ ਸ਼ਾ ਗਜਨਵੀ ਤੇ 도ੜੇ 208 ਦੇ ਅਪ੍ਰੋਕਸ ਮਿਲਦੇ ਨੇ ਨਿਸ਼ਚਿਤ ਗਿਣਤੀ ਨਹੀਂ ਹੈਗੀ ਬਟ 208 ਮੰਨੇ ਜਾਂਦੇ ਨੇ ਠੀਕ ਹੈ ਡਿਓਡਾਂ ਡਿਓਡਾਂ ਮੇ ਇਹਨਾਂ ਦੀਆਂ ਲਿਖੀਆਂ ਸਾਨੂੰ ਮਿਲਦੀਆਂ ਨੇ ਓਕੇ ਅੱਗੇ ਗੰਝੇ ਸਟਾਰਨਾ ਦੀ ਜਿਹੜੀ ਇੱਕ ਰਚਨਾ ਉਹ ਵੀ ਇਹਨਾਂ ਦੇ ਨਾਮ ਹੇਠ ਮਿਲਦੀ ਆ ਅਗੇ ਜੀ ਐਮਦ ਯਾਰ ਐਮਦ ਯਾਰ ਨੇ ਕਿਸ ਤਰ੍ਹਾਂ ਪ੍ਰਸ਼ੰਸਾ ਕੀਤੀ ਹੈ ਉਹ ਲਿਖਤੇ ਨੇ ਹਾਸ਼ਮ ਸਸੀ ਸੋਹਣੀ ਆਖੀ ਸਦ ਰਹਿਮਤ ਉਸਤਾਦੋ ਅਗੇਨ ਹਾਸ਼ਮ ਸਸੀ ਸੋਹਣੀ ਆਖੀ ਸਦ ਰਹਿਮਤ ਉਸਤਾਦੋ ਡਾਕਟਰ ਦਿਵਾਨਾ ਅਗੇਨ ਮੋਸਟ ਇੰਪੋਰਟੈਂਟ ਕੁਐਸਚਨ ਹਾਸ਼ਮ ਪੰਜਾਬੀ ਦਾ ਉਮਰ ਖਿਆਮ ਹੁਣ ਇਹਨਾਂ ਨੇ ਵੀ ਉਮਰ ਖਿਆਮ ਸੇਮ ਉਹੀ ਰੀਜ਼ਨ ਕਰਕੇ ਕਿਹਾ ਜਿਸ ਕਰਕੇ ਲਾਜਵੰਤੀ రామਕ੍ਰਿਸ਼ਨਨ ਨੇ ਕਿਹਾ ਸੀ 도ੜਿਆ ਨਾ ਕਰਕੇ ਠੀਕ ਹੈ ਜੀ ਉਮਰ ਖਿਆਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਸੋਚ ਦਾ ਜਿਹੜਾ ਕਵੀ ਆ ਉਹ ਵੀ ਕਿਹਾ ਜਾਂਦਾ ਹੈ ਹਾਸ਼ਮ ਅੱਗੇ ਚੱਲਦੇ ਆ ਜੀ ਆਪਾਂ ਹਰਨਾਮ ਸਿੰਘ ਸ਼ਾਨ ਇਹ ਵੀ ਇਹਨਾਂ ਦੀ ਤੁਲਨਾ ਕਰਦੇ ਨੇ ਕਿਸ ਨਾਲ ਕਰਦੇ ਨੇ ਹਰਨਾਮ ਸਿੰਘ ਸ਼ਾਨ ਨੇ ਜਿਹੜੇ ਉਹ ਕਹਿੰਦੇ ਨੇ ਕਿ ਪੰਜਾਬੀ ਸਾਹਿਤ ਗगन ਦਾ ਜਿਸ ਜਿਹੜਾ ਸੂਰਜ ਆ ਉਹ ਵਾਰਿਸ ਹੈ ਤੇ ਉਥੇ ਹੀ ਚੰਨ ਹੋਣ ਦਾ ਜਿਹੜਾ ਮਾਨ ਪ੍ਰਾਪਤ ਹੈ ਉਹ ਹਾਸ਼ਮ ਨੂੰ ਹੈ ਠੀਕ ਹੈ ਤਾਂ ਪਲੀਜ਼ ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰ ਲੈਣਾ ਹਨਾਮ ਸਿੰਘ ਸ਼ਾਨ ਇਹਨਾਂ ਨੂੰ ਚੰਨ ਦੇ ਨਾਲ ਤੁਲਨਾ ਕਰਦਾ ਹੈ ਅਹਿਮਦ ਯਾਰ ਨੇ ਜਿਹੜੇ ਉਹ ਕਹਿੰਦੇ ਨੇ ਹਾਸ਼ਮ ਸੱਸੀ ਸੋਨੀ ਆ ਕਿ ਸੱਸੀ ਸੋਨੀ ਇਕੱਠੇ-ਇਕੱਠੇ ਵਰਡ ਨੇ ਤੇ ਇਹ ਤੁਕ ਦੇ ਵਿੱਚ ਸ਼ਰੀ ਫਰਹਾਦੋਂ ਵੀ ਆਉਂਦਾ ਤਾਂ ਤਿੰਨੇ ਤਿੰਨ ਤਰ੍ਹਾਂ ਦੇ ਕਿੱਸੇ ਜਿਹੜੇ ਉਹ ਸ਼ਾਮਿਲ ਕੀਤੇ ਆ ਤਾਂ ਉਹ ਹੈ ਜੀ ਮਰ ਦੀ ਯਾਰ ਦੀ ਇਹ ਟਿੱਕ ਲਾ ਲੈਣੀ ਹੈ ਤੁਸੀਂ ਸੱਸੀ ਉਸ ਤੋਂ ਬਾਅਦ ਸੋਨੀ ਫਿਰ ਸ਼ੀਰੀ ਫਰਹਾਦ ਦੀ ਜਿਹੜੀ ਇਹ ਤੋਂ ਬਾਅਦ ਨੈਕਸਟ ਹੈ ਉਹ ਵਾਲੀ ਤਾਂ ਉਹ ਤਨੇ ਇਸ ਤਰ੍ਹਾਂ ਕਰ ਲੈਣੀ ਹੈ ਤੁਸੀਂ ਤੇ دیਵਾਨਾ ਦੇ ਅਨੁਸਾਰ ਤੁਹਾਨੂੰ ਪਤਾ ਹੀ ਹੈ دیਵਾਨਾ ਲਾਜਵੰਦੀ ਰਾਮਾਕ੍ਰਿਸ਼ਨ ਦੋਨੇ ਹੀ ਇਸ ਨੂੰ ਸੂਫੀ ਮੰਨਦੇ ਨੇ ਤੇ دیਵਾਨਾ ਉਮਰ ਖਿਆਮ ਕਹਿੰਦਾ ਹੈ ਤੇ ਅੱਗੇ ਹੈ ਜੀ ਪਹਿਲਾਂ ਇਹਦਾ ਆਪਾਂ ਕਰਿਆ ਬਾਬੂ ਬੁੱਸ ਸਿੰਘ ਦਾ ਤੁਹਾਨੂੰ ਆਉਂਦਾ ਹੀ ਹੋਏਗਾ ਮੁਹੰਮਦ ਬਖਸ਼ ਤਾਂ ਇੱਕ ਵਾਰ ਹੋੜ ਪੜ ਲਓ ਸੈਫੁਲ ਮਲੂਕ ਦੇ ਵਿੱਚ ਹਾਸ਼ਮ ਦੀ ਹਸ਼ਮਤ ਬਰਕਤ ਹਸ਼ਮਤ ਬਰਕਤ ਠੀਕ ਹੈ ਹਸ਼ਮਤ ਦੇ ਪੈਰ 'ਚ ਵੀ ਬਿੰਦੀ ਹਾਸ਼ਮ ਦੇ ਪੈਰ 'ਚ ਵੀ ਬਿੰਦੀ ਤੇ ਬਖਸ਼ ਦੇ ਪੈਰਾਂ ਦੇ ਵਿੱਚ ਵੀ ਬਿੰਦੀਆਂ ਠੀਕ ਹੈ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਸੋ ਇੱਥੇ ਹੀ ਖਤਮ ਕਰਦੇ ਆ ਆਪਣਾ ਅੱਜ ਦਾ ਲੈਕਚਰ ਆਈ ਹੋਪ ਕਿ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ ਕਿਸ ਤਰ੍ਹਾਂ ਦਾ ਲੱਗਿਆ ਜੀ ਆਪਣਾ ਅੱਜ ਦਾ ਲੈਕਚਰ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਰ ਸਟਡੀ ਚੈਨਲ ਥੈਂਕ ਯੂ so much